ਆਪ ਤੋਂ ਨਾਰਾਜ਼ ਹੋ ਕੇ ਅਲੱਗ ਗਦਰ ਫੈਡਰੇਸ਼ਨ ਬਣਾਉਣ ਵਾਲੇ ਜੱਸੀ ਜਸਰਾਜ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਨਵੇਂ ਆ ਰਹੇ ਗੀਤ ਦੀ ਪ੍ਰਮੋਸ਼ਨ ਕੀਤੀ। ਜਿੱਤ ਲਿਆਉਣੀ ਆ ਅਸੀਂ ਆਮ ਘਰਾਂ ਦੇ ਮੁੰਡੇ ਖਾਸ ਅਸੀਂ ਬਣ ਹੀ ਜਾਣਾ ਏ, ਆਮ ਘਰਾਂ ਦੇ ਮੁੰਡੇ ਖਾਸ ਅਸੀਂ ਬਣਦੇ ਜਾਂਦੇ ਆ। ਤੇ ਮੀਡੀਆ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿੱਤੇ। ਮੀਡੀਆ ਨੇ ਜੱਸੀ ਤੋਂ ਸਵਾਲ ਕੀਤਾ ਕਿ ਚਰਚਾ ਹੈ ਕਿ ਜੱਸੀ ਜਸਰਾਜ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਹੋਏ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ, ਤਾਂ ਜੱਸੀ ਜਸਰਾਜ ਨੇ ਕਿਹਾ ਕਿ ਜਦੋਂ ਮੈਂ ਬਾਦਲਾਂ ਦੇ ਖਿਲਾਫ ਚੋਣ ਲੜ ਸਕਦਾ ਹਾਂ ਜਿਨ੍ਹਾਂ ਦੇ ਖਿਲਾਫ ਖੜਾ ਹੋਣ ਤੋਂ ਲੋਕ ਡਰਦੇ ਨੇ, ਤਾਂ ਭਗਵੰਤ ਮਾਨ ਨੂੰ ਮੈਂ ਕਿਸੇ ਕੰਪੀਟੀਸ਼ਨ ਦਾ ਹਿੱਸਾ ਨਹੀਂ ਮੰਨਦਾ। ਬਾਈ ਜੀ, ਮੈਂ ਪਿਛਲੀ ਚੋਣ 2014 'ਚ ਮੇਰੀ ਮੇਡਨ ਚੋਣ, ਜਿਹੜੀ ਸਭ ਤੋਂ ਪਹਿਲੀ ਡੈਬਿਊ ਚੋਣ, ਉਹ ਮੈਂ ਪ੍ਰਕਾਸ਼ ਸਿੰਘ ਬਾਦਲ ਅਕਾਲੀਆਂ ਦੀ ਸਰਕਾਰ ਸੀ ਉਦੋਂ 2.5 ਸਾਲ ਪਏ ਸੀ, ਹਰਸਿਮਰਤ ਬਾਦਲ ਉਹਨਾਂ ਦੀ ਲਾਡਲੀ ਨੂੰਹ ਹੈ, ਮਜੀਠੀਏ ਦੀ ਭੈਣ ਹੈ, ਸੁਖਬੀਰ ਦੀ ਵਾਈਫ ਹੈ। ਪਹਿਲੀ ਚੋਣ ਕੋਈ ਵੀ ਕਲਾਕਾਰ ਹੈ ਜਿਹਨੇ ਮਰਜ਼ੀ ਜਿੱਡੀ ਮਰਜ਼ੀ ਦਲੇਰੀ ਦੇ ਗੀਤ ਗਾਏ ਹੋਣ ਜਾਂ ਜਿਹੜਾ ਸਭ ਤੋਂ ਬਹੁਤ ਜ਼ਿਆਦਾ ਫੇਮਸ ਹੋਵੇ, ਉਹਨੂੰ ਕੋ ਖੰਘ ਕੇ ਦੇਖੋ ਉਹਨਾਂ ਦੇ ਰਾਹ 'ਚ, ਉਹਨਾਂ ਦੇ ਵਿਰੁੱਧ ਅਸੀਂ ਜਾ ਕੇ ਖੜੇ ਹਾਂ। ਜੇ ਉਹਨਾਂ ਵਿਰੁੱਧ ਖੜ ਸਕਦੇ ਹਾਂ ਤਾਂ ਭਗਵੰਤ ਮਾਨ ਨੂੰ ਮੈਂ ਕਿਤੇ ਕੰਪੀਟੀਸ਼ਨ 'ਚ ਨਹੀਂ ਗਿਣਦਾ। ਉਹਨੂੰ ਇੱਕ ਵਾਰ ਜੇ ਪਤਾ ਵੀ ਲੱਗ ਗਿਆ ਨਾ ਵੀ ਜੱਸੀ ਸੱਚਮੁੱਚ ਆ ਰਿਹਾ, ਤੁਸੀਂ ਦੇਖ ਲਿਓ ਵੀ ਸ਼ਹੀਦ ਭਗਤ ਸਿੰਘ ਦੀ ਪੱਗ ਬੰਨਣ ਵਾਲੇ ਨੂੰ ਜੇ ਉਹਦੀ ਅੱਖ ਮਿਲ ਜੇ ਕੈਮਰੇ ਨਾਲ ਤਾਂ ਸਾਡਾ ਨਾਂ ਬਦਲ ਦਿਓ, ਸੱਚ 'ਚ ਬੜੀ ਤਾਕਤ ਹੁੰਦੀ ਹੈ। ਤੇ ਜੱਸੀ ਨੇ ਭਗਵੰਤ ਮਾਨ ਦੀ ਨਕਲ ਕਰਦੇ ਹੋਏ ਭਗਵੰਤ ਮਾਨ ਤੇ ਤਿੱਖੇ ਵਾਰ ਕਰਦੇ ਹੋਏ ਮਾਨ ਨੂੰ ਭਿਖਾਰੀ ਤੱਕ ਕਹਿ ਦਿੱਤਾ। ਕਾਂਗਰਸ ਦੀ ਜਾਂ ਕਿਸੇ ਹੋਰ ਦੀ ਸਾਨੂੰ ਅੱਜ ਹੁਣ ਭਗਵੰਤ ਹੋਰੀ ਕਦੀ ਟਕਸਾਲੀਆਂ ਕੋਲ ਗਏ, ਕਦੀ BSP ਕੋਲ ਗਏ, ਜੀ ਸਾਡੀ ਗੱਲ ਹੋ ਰਹੀ ਹੈ, ਸਾਡੀ ਗੱਲ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ, ਸਾਡੀ ਗੱਲ ਹੋ ਰਹੀ ਹੈ, ਸਾਡੀ ਗੱਲ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ, ਸਾਡੀ ਗੱਲ ਹੋ ਰਹੀ ਹੈ, ਸਾਡੀ ਗੱਲ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਕਿਹਾ ਕਿ ਅੱਜ ਵੀ ਮਾਨ ਗਹਿਰਾਂ ਕੋਲ ਜਾਂਦਾ ਹੈ, ਆਪਣਿਆਂ ਕੋਲ ਨਹੀਂ ਆਉਂਦਾ। ਮਾਨ ਸ਼ਹੀਦ ਭਗਤ ਸਿੰਘ ਦੀ ਪੱਗ ਬੰਨ ਕੇ ਗੱਦਾਰੀ ਕਰ ਰਿਹਾ। ਜੱਸੀ ਨੇ ਭਗਵੰਤ ਮਾਨ ਤੇ ਤੰਜ ਕੱਸਦੇ ਹੋਏ ਕਿਹਾ ਕਿ ਤੂੰ ਹੰਕਾਰ ਛੱਡ ਦੇ ਕਾਕਾ, ਕਿਤੇ ਇਹ ਨਾ ਹੋਵੇ ਕਿ ਤੂੰ ਪੈਰਾਂ 'ਚ ਹੀ ਡਿੱਗ ਜਾਵੇਂ। ਗੱਲਬਾਤ ਚੱਲ ਰਹੀ ਹੈ, ਹੁਣ ਕਿਉਂ ਭੀਖ ਮੰਗਦਾ ਫਿਰਦਾ ਉਹਨਾਂ ਕੋਲ ਹੀ, ਜਦੋਂ ਸੂਰਮੇ ਤੇਰੇ ਸਾਹਮਣੇ ਚੱਕ ਚੱਕ ਹਲਾਕ ਕੀਤੇ ਸੀ ਉਦੋਂ ਨਹੀਂ ਸੀ ਦੇਖਦਾ, ਅੱਜ ਵੀ ਉਹਨਾਂ ਕੋਲ ਤੇ ਜਾਂਦਾ ਪਰ ਆਪਣਿਆਂ ਕੋਲ ਨਹੀਂ ਆਉਂਦਾ। ਇਹ ਭਗਤ ਸਿੰਘ ਦੀ ਪੱਗ ਬੰਨ ਕੇ ਗੱਦਾਰੀਆਂ ਜ਼ਿਆਦਾ ਦੇਰ ਚੱਲਣੀਆਂ ਨਹੀਂ ਹੈਗੀਆਂ। ਹੰਕਾਰ ਛੱਡ ਦੇ ਕਾਕਾ, ਜਿੱਥੇ ਇੱਥੇ ਸੀਗਾ ਅੱਜ ਇੱਥੇ ਆ ਗਿਆ, ਕਿਤੇ ਐਂ ਨਾ ਹੋਵੇ ਪੈਰਾਂ 'ਚ ਹੀ ਆ ਜਾਏ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।